जय भीम जय भारत। डॉक्टर भीमराव अंबेडकर एक नाम ही नहीं एक युग है। भीमराव अंबेडकर जी बाबा साहब के नाम नाल भी जाना जाता है। वो एक समाज सुधारक सन। उन्होंने दलित जात के अधिकारों के लिए आवाज उठाई। उन्होंने भारत के संविधान तैयार करने विच अपना कीमती समा दिता। बाबा साहब डॉक्टर भीमराव जी अंबेडकर नाम नाल मशहूर हैं। एक भारतीय न्यायिक अर्थशास्त्री राजनेता समाज सुधारक सन जो दलित बोधी लहर नूं प्रेरित करते सन। शूद्र ने हिंदू धर्म की छुआछात की बीमारी नूं अपने तन मन ते हंडाया। बाबा साहब डॉक्टर भीमराव अंबेडकर जी ने 1918 ईस्वी विच लोकां नूं सब दी बराबरी अनुसार वोट पाउण दा अधिकार भी दवाया। सतगुरु कबीर अते राष्ट्रपिता ज्योतिबा फुले जी नूं अपना जीवन भर आदर्श मन्निया। 1913 ਵਿੱਚ ਬੜੌਦਾ ਸਟੇਟ ਫੋਰਸ ਵਿੱਚ ਲਾਈਫ ਬੈਟ ਭਰਤੀ ਹੋਏ। 1918 ਵਿੱਚ ਬੰਬਈ ਦੇ ਮਿਡਲ ਹਿਮ ਕਾਲਜ ਵਿੱਚ ਪ੍ਰੋਫੈਸਰ ਨਿਯੁਕਤ ਕੀਤੇ ਗਏ। 1920 ਵਿੱਚ ਬੜੌਦਾ ਦੇ ਮਹਾਰਾਜਾ ਦੇ ਫੌਜੀ ਸਕੱਤਰ ਨਿਯੁਕਤ ਹੋਏ। ਜੂਨ 1934 ਵਿੱਚ ਸਰਕਾਰੀ ਲਾਅ ਕਾਲਜ ਬੰਬਈ ਵਿੱਚ ਪ੍ਰੋਫੈਸਰ ਨਿਯੁਕਤ ਹੋਏ। ਸੋ ਮਹਾਨ ਕੋਸ਼ਿਸ਼ਾਂ ਦੇ ਬਿਨਾਂ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਐਸੀ ਲੰਬੀ ਉਮਰ ਜਿਉਣ ਦਾ ਲਾਭ ਤਾਂ ਹੀ ਹੈ ਜਿਸਦਾ ਉਸਦਾ ਕੋਈ ਉਦੇਸ਼ ਨਾ ਹੋਵੇ। ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ, ਫਿਰ ਉਹ ਖੁਦ ਹੀ ਬਗਾਵਤ ਕਰ ਦੇਣਗੇ। ਮੈਂ ਨਾਰੀ ਉਨਤੀ ਅਤੇ ਨਾਰੀ ਮੁਕਤੀ ਲਈ ਲੜਨ ਵਾਲਾ ਯੋਧਾ ਰਿਹਾ ਹਾਂ। ਮੈਂ ਇਸਤਰੀ ਦੇ ਮਾਨ ਸਨਮਾਨ ਲਈ ਸੰਘਰਸ਼ ਵੀ ਕੀਤਾ ਹੈ ਜਿਸ ਉੱਤੇ ਮੈਨੂੰ ਬਹੁਤ ਮਾਣ ਹੈ। ਮੈਨੂੰ ਧਰਮ ਚਾਹੀਦਾ ਹੈ ਪਰ ਧਰਮ ਦੇ ਨਾਂ ਤੇ ਪਖੰਡ ਨਹੀਂ ਚਾਹੀਦੇ। ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਅਨਮੋਲ ਵਚਨ, ਸਿਰਫ ਜ਼ਿੰਦਾ ਰਹਿਣ ਦੇ ਦੀ ਕੋਈ ਕੀਮਤ ਨਹੀਂ। ਮਹੱਤਵ ਇਸ ਗੱਲ ਦਾ ਹੈ ਕਿ ਇਨਸਾਨ ਇੱਜ਼ਤ ਨਾਲ ਜੀ ਰਿਹਾ ਹੈ ਜਾਂ ਨਹੀਂ। ਅਜੇ ਵੀ ਅਸੀਂ ਮੰਜ਼ਿਲ ਤੇ ਨਹੀਂ ਪਹੁੰਚੇ, ਹਾਲਾਂਕਿ ਸਾਡੀ ਕਿਸ਼ਤੀ ਮੰਜ਼ਦਾਰ ਵਿੱਚ ਹੀ ਹੈ। ਅਜਿਹੇ ਹਾਲਾਤ ਵਿੱਚ ਸਾਡੀ ਕਿਸ਼ਤੀ ਜਦੋਂ ਡੁੱਬ ਜਾਵੇ ਕੁਝ ਕਹਿ ਨਹੀਂ ਸਕਦੇ। ਇਸ ਲਈ ਆਪਸੀ ਝਗੜੇ ਛੱਡ ਦਿਓ, ਮੇਰਾ ਅੰਦੋਲਨ ਜ਼ਿੰਦਾ ਰੱਖੋ, ਇਕੱਠੇ ਰਹੋ, ਇਸ ਵਿੱਚ ਹੀ ਤੁਹਾਡਾ ਭਲਾ ਹੈ। ਸਿੱਖਿਆ ਇੱਕ ਐਸਾ ਮਾਧਿਅਮ ਹੈ ਜੋ ਹਰ ਵਿਅਕਤੀ ਤੱਕ ਪਹੁੰਚਦੀ ਹੈ। ਸਿੱਖਿਆ ਸਸਤੀ ਹੋਵੇ ਜਿਸ ਨੂੰ ਗਰੀਬ ਤੋਂ ਗਰੀਬ ਵਿਅਕਤੀ ਵੀ ਪ੍ਰਾਪਤ ਕਰ ਸਕਦਾ ਹੈ। ਸੋ ਬਾਬਾ ਸਾਹਿਬ ਡਾਕਟਰ ਭੀਮਰਾਓ ਜੀ ਨੂੰ ਸਾਡੇ ਸਾਰਿਆਂ ਵੱਲੋਂ ਕੋਟ ਕੋਟ ਪ੍ਰਣਾਮ। ਧੰਨਵਾਦ। ਲਓ ਜੀ, ਗੱਲ ਹੋ ਰਹੀ ਆ ਬਾਬਾ ਸਾਹਿਬ ਦੀ, ਤੇ ਕਿਉਂ ਨਾ ਉਹਨਾਂ ਦੇ ਨਾਂ ਤੇ ਇੱਕ ਹੋਰ ਪਰਫਾਰਮੈਂਸ ਹੋ ਜਾਵੇ ਕਿ ਰਵਿਦਾਸ ਪਿਤਾ ਦੀਆਂ ਧੀਆਂ ਭੀਮਰਾਓ ਦੇ ਵਾਂਗੂ ਪੜਨਗੀਆਂ। ਸੋ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਭੀਮਰਾਓ ਡਾਕਟਰ ਮੇਰੇ ਦੀ ਸਪੀਚ ਲੈ ਕੇ ਆ ਰਹੇ ਨੇ ਆਪਣਾ ਡਾਂਸ ਨੀਤਿਕਾ ਐਂਡ ਗਰੁੱਪ। ਤੀਆਂ ਦੇ ਤਿਉਹਾਰ ਦੀ ਖੁਸ਼ੀ ਘਰ ਘਰ ਛਾਈ ਤੇ ਤੀਆਂ ਦੇ ਤਿਉਹਾਰ ਦੀ ਸਭ ਨੂੰ ਲੱਖ ਲੱਖ ਵਧਾਈ। ਆਪਣੇ ਮੁਹੱਲੇ ਵਿੱਚ ਇਹ ਤਿਉਹਾਰ ਪਹਿਲੀ ਵਾਰੀ ਮਨਾਇਆ ਜਾ ਰਿਹਾ ਆ ਤੇ ਸਾਰੇ ਬਹੁਤ ਖੁਸ਼ ਆ। ਤੀਆਂ ਦਾ ਤਿਉਹਾਰ ਉਨੇ ਟਾਈਮ ਪੂਰਾ ਨਹੀਂ ਹੁੰਦਾ ਜਿੰਨਾ ਟਾਈਮ ਤ੍ਰਿੰਝਣਾਂ ਤੇ ਚਰਖਿਆਂ ਦੀ ਗੱਲ ਕੀਤੀ ਜਾਵੇ। ਚਲੋ ਚਲੋ, ਇੱਕ ਇਹੋ ਜਿਹੀ ਸ਼ਾਇਰੀ ਕਹਿੰਦੇ ਨੇ, ਮੰਨ ਲਾ ਗੱਲ ਇੱਕ ਮੇਰੀ ਵੀ, ਚਾਹੇ ਲੱਖ ਚਿੱਤੇ ਆਈਆਂ ਕਰ ਅੜੀਏ, ਕਦੇ ਕਦੇ ਪੰਜਾਬਣੇ ਚਰਖਾ ਵੀ ਡਾਇਆ ਕਰ ਅੜੀਏ, ਕੋਈ ਕੁੜਤੀ ਸੂਹੇ ਸੱਤ ਰੰਗ ਦੀ ਘਗਰੇ ਨਾਲ ਪਾਇਆ ਕਰ ਅੜੀਏ, ਪਰ ਕਦੇ ਕਦੇ ਪੰਜਾਬਣੇ ਚਰਖਾ ਵੀ ਡਾਇਆ ਕਰ ਅੜੀਏ। ਇਹ ਗੱਲਾਂ ਨੇ ਤੀਆਂ ਦੀਆਂ, ਜਿਨ੍ਹਾਂ ਵਿੱਚ ਤੀਆਂ ਵਿੱਚ ਕਹਿੰਦੇ ਨੇ ਚਰਖੇ, ਤ੍ਰਿੰਝਣਾ, ਪੀਂਘਾਂ, ਇਹੋ ਜਿਹੀਆਂ ਗੱਲਾਂ ਨਾਲ ਹੀ ਤੀਆਂ ਮਨਾਈਆਂ ਜਾਂਦੀਆਂ ਆ। ਦੋ ਮਿੰਟ ਵੇਟ ਕਰ ਲਓ, ਸੌਂਗ ਆ ਰਿਹਾ ਹਜੇ। ਮੇਰੀ ਯਾਰੀ ਦਾ ਸਿਤਾਰੀਆਂ ਤੀਆਂ।
ਸੋ ਇਹ ਸੀ ਬਾਬਾ ਸਾਹਿਬ ਜੀ ਨਾਲ ਦੀ ਪਰਫਾਰਮੈਂਸ ਅੱਗੇ ਆਪਾਂ ਤੀਆਂ ਨਾਲ ਰਿਲੇਟਡ ਸ਼ੁਰੂ ਕਰਾਂਗੇ ਸੈਕਿੰਡ ਪਰਫਾਰਮੈਂਸ ਕਰਨ ਲਈ ਆ ਰਹੇ ਨੇ ਤਾਨੀਆ ਐਂਡ ਸ਼ਾਲੀ ਬਲਿੰਕ ਸੌਂਗ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਸਾਡੀ ਛੋਟੀਆਂ ਛੋਟੀਆਂ ਪੰਜਾਬਣਾਂ ਦਾ ਇਹਨਾਂ ਦਾ ਡਾਂਸ ਦੇਖ ਕੇ ਤੁਸੀਂ ਹੋਰ ਜ਼ਿਆਦਾ ਖੁਸ਼ ਹੋ ਜਾਣਾ ਹੈ ਤੀਆਂ ਨੂੰ ਲਾਈਏ ਭਾਗ ਸਾਨੂੰ ਰੱਬ ਨੇ ਬਖਸ਼ੀਆਂ ਖੁਸ਼ੀਆਂ ਬਥੇਰੀਆਂ ਅਸੀਂ ਨੱਚ ਨੱਚ ਕਰੀਏ ਇਜ਼ਹਾਰ ਅਸੀਂ ਨੱਚ ਨੱਚ ਕਰੀਏ ਇਜ਼ਹਾਰ ਸੋ ਅਗਲੀ ਪਰਫਾਰਮੈਂਸ ਲਈ ਜ਼ੋਰਦਾਰ ਤਾੜੀਆਂ ਨਾਲ ਸਾਡੀਆਂ ਅਗਲੀਆਂ ਪੰਜਾਬਣਾਂ ਦਾ ਸਵਾਗਤ ਕਰੋ ਅਗਲੀ ਪਰਫਾਰਮੈਂਸ ਗੱਡੇ ਤੇ ਪੰਜਾਬ ਖੁਸ਼ੀ ਐਂਡ ਗਰੁੱਪ ¡Gracias!
ਗਰੁੱਪ ਦੀ ਗੱਡੀ ਤੇ ਪੰਜਾਬ ਘੁਮਾ ਦੇ। ਚਲੋ ਹੁਣ ਤੁਹਾਡੇ ਕੋਲੋਂ ਕੁਛ ਤੀਆਂ ਬਾਰੇ ਪੁੱਛ ਹੀ ਲੈਣੇ ਆ। ਤੀਆਂ ਦੇਖਣ ਤਾਂ ਸਾਰੇ ਜਣੇ ਆਏ ਗਏ, ਦੇਖ ਲਈਏ ਵੀ ਤੀਆਂ ਬਾਰੇ ਨੌਲੇਜ ਵੀ ਹੈਗੀ ਕਿ ਨਹੀਂ। ਚਲੋ ਇਹ ਦੱਸ ਦੋ ਜੀ, ਕਿਸੇ ਨੂੰ ਪਤਾ ਵੀ ਤੀਆਂ ਦਾ ਸੰਧਾਰਾ ਕੀ ਹੁੰਦਾ ਆ? ਕੋਈ ਸਾਡੀਆਂ ਪੁਰਾਣੀਆਂ ਲੇਡੀਜ਼ ਜਿਨ੍ਹਾਂ ਨੂੰ ਜ਼ਿਆਦਾ ਤੀਆਂ ਬਾਰੇ ਕੋਈ ਜਾਣਕਾਰੀ ਆ, ਦੱਸੋ ਤੀਆਂ ਦਾ ਸੰਧਾਰਾ ਕੀ ਹੁੰਦਾ? ਜਿਹਨੂੰ ਪਤਾ ਆ ਪਲੀਜ਼ ਦੱਸ ਦੋ, ਕਿਸੇ ਦੀ ਤੀਆਂ ਬਾਰੇ ਜਾਣਕਾਰੀ ਵੱਧ ਜੂਗੀ। ਚਲੋ ਮੈਂ ਹੀ ਦੱਸ ਦਿੰਦੀ ਆ, ਹੌਲੀ ਹੌਲੀ ਕੰਫੀਡੈਂਸ ਆ ਹੀ ਜਾਓ, ਕੋਈ ਤਾਂ ਉੱਠ ਕੇ ਮਾਈਕ ਤੇ ਆ ਕੇ ਆਨਸਰ ਦੇਣ ਆਊਗਾ ਹੀ। ਤੀਆਂ ਦਾ ਸੰਧਾਰਾ ਉਹ ਹੁੰਦਾ ਆ ਜੋ ਸਾਵਣ ਦੇ ਮਹੀਨੇ ਵਿੱਚ ਕੁੜੀ ਨੂੰ ਸਹੁਰਿਆਂ ਜਾਂ ਪੇਕਿਆਂ ਵੱਲੋਂ ਦਿੱਤੇ ਗਏ ਸਮਾਨ ਨੂੰ ਤੀਆਂ ਦਾ ਸੰਧਾਰਾ ਕਿਹਾ ਜਾਂਦਾ ਆ। ਚਲੋ ਹੁਣ ਅਗਲਾ ਕੁਐਸਚਨ ਅਸੀਂ ਫੇਰ ਪੁੱਛਾਂਗੇ, ਉਹਦਾ ਆਨਸਰ ਦੇਣ ਨੂੰ ਪਲੀਜ਼ ਕੋਈ ਮੰਚ ਤੇ ਆ ਜਿਓ, ਕਿਉਂਕਿ ਕੰਫੀਡੈਂਸ ਵਧਾਉਣਾ ਪੈਂਦਾ ਆ। ਚਲੋ ਅਗਲੀ ਪਰਫਾਰਮੈਂਸ ਵੱਲ ਵੱਧਦੇ ਹਾਂ। ਅਗਲੀ ਪਰਫਾਰਮੈਂਸ ਪਰਾਂਦਾ ਸੌਂਗ ਡੇਜ਼ੀ ਐਂਡ ਗਰੁੱਪ। ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਪੰਜਾਬਣਿਆਂ ਦਾ ਪਰਾਂਦਾ ਸੌਂਗ ਤੇ।
ਕਹਿੰਦੇ ਗੁੱਤ ਚ ਪਰਾਂਦਾ ਨਹੀਂ ਵਪਾਈ ਜਾਣੀ ਆ ਜਿੰਨਾ ਬਚਦਾ ਪੰਜਾਬ ਮੈਂ ਬਚਾਈ ਜਾਣੀ ਆ ਸੋ ਆਪਾਂ ਸਾਰਿਆਂ ਨੂੰ ਹੁਣ ਚਾਹੀਦਾ ਆ ਕਿ ਪੰਜਾਬ ਨੂੰ ਥੋੜਾ ਕੋਈ ਹੋਰ ਬਚਾ ਲਈਏ ਪਰਾਂਦੇ ਪਰੂੰਦੇ ਕੈਮ ਰੱਖੀਏ ਪੁਰਾਣਾ ਵਿਰਸਾ ਫੇਰ ਖੋਲ ਲਈਏ ਚਲੋ ਹੁਣ ਅਗਲਾ ਸਵਾਲ ਪੁੱਛ ਲਈਏ ਅਗਲੀ ਪਰਫਾਰਮੈਂਸ ਤੋਂ ਪਹਿਲਾਂ ਕਿਸੇ ਕੋਲ ਹੈਗਾ ਜਵਾਬ ਪੁੱਛ ਲਈ ਮੈਂ ਅਗਲਾ ਮੇਰਾ ਕੁਐਸਚਨ ਆ ਕਿ ਪੰਜਾਬਣ ਦੇ ਨੱਕ ਵਿੱਚ ਪਾਉਣ ਵਾਲੀਆਂ ਕੋਈ ਤਿੰਨ ਗਹਿਣੇ ਦੇ ਨਾਂ ਦੱਸਣੇ ਆ ਪੰਜਾਬਣ ਆਪਣੇ ਨੱਕ ਵਿੱਚ ਕਿਹੜੇ ਤਿੰਨ ਤਿੰਨ ਗਹਿਣੇ ਪਾਉਂਦੀ ਆ ਕੋਈ ਤਿੰਨ ਨਾਮ ਦੱਸ ਦਿਓ ਸਾਨੂੰ ਦੇਖੋ ਇਦਾਂ ਨਾ ਕਰੋ ਸਾਨੂੰ ਤਾਂ ਆਨਸਰ ਪਤਾ ਹੀ ਆ ਤੁਸੀਂ ਵੀ ਦੱਸੋ ਕੌਨਫੀਡੈਂਸ ਲੈ ਕੇ ਆਓ ਆਪਣੇ ਚ ਇੰਨੇ ਅਸੀਂ ਮੁਸ਼ਕਿਲ ਨਾਲ ਸਵਾਲ ਇਕੱਠੇ ਕੀਤੇ ਆ ਪਲੀਜ਼ ਸਾਨੂੰ ਆਨਸਰ ਤਾਂ ਦਿਓ ਉਹਨਾਂ ਦੇ ਮੈਂ ਹੀ ਦੱਸਦਾ ਫਿਰ ਕਿ ਹੱਥ ਖੜਾ ਕਰੋਗੇ ਕੋਈ ਜਾਣਾ ਆ ਜਾਓ ਆ ਜਾਓ ਭਾਬੀ ਜੀ ਆ ਜਾਓ ਭਾਬੀ ਜੀ ਨੇ ਦੋਨੇ ਤਾੜੀਆਂ ਹੋ ਜਾਵੇ ਅਗਲੀ ਪਰਫਾਰਮੈਂਸ ਆ ਕਿਹੜੀ ਆਪਣੀ ਆ ਮਾਮਾ ਦੀਦੀ ਕੱਢ ਦਵਾਂ ਸਟੇਜ ਤੇ ਲਓ ਜੀ ਗੱਲ ਕਰਨ ਜਾ ਰਹੇ ਹਾਂ ਮਾਵਾਂ ਤੇ ਧੀਆਂ ਦੇ ਰਿਸ਼ਤੇ ਦੀ ਮਾਵਾਂ ਤੇ ਧੀਆਂ ਦਾ ਰਿਸ਼ਤਾ ਬਹੁਤ ਪਿਆਰਾ ਰਿਸ਼ਤਾ ਹੁੰਦਾ ਆ ਸੋ ਇਹੋ ਜੀ ਕੋਈ ਪਰਫਾਰਮੈਂਸ ਲੈ ਕੇ ਸਾਡੀ ਮੁਟਿਆਰਾਂ ਆ ਰਹੀਆਂ ਨੇ ਦੱਸਣ ਜਾ ਰਹੀਆਂ ਨੇ ਕਿ ਮਾਵਾਂ ਧੀਆਂ ਦਾ ਰਿਸ਼ਤਾ ਹੁੰਦਾ ਕਿਹੋ ਜਿਹਾ ਆ ਸੋ ਜ਼ੋਰਦਾਰ ਸਵਾਗਤ ਕਰੋ ਤਾੜੀਆਂ ਦੇ ਨਾਲ ਸਾਡੀਆਂ ਪੰਜਾਬਣਾਂ ਦਾ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
हाँ जी शालू उड़ जाओ। हाँ जी बहुत आंसर सही दसिया है, गिद्धे नूं कहिंदे आ ताली नाच क्योंकि वह ताली दे नाल ही पैंदा आ। अज दे इस तिया दे तिहार ते कठिया हुई मेरिया भैन तिया मामा पापिया मामा जा पैना ने भी उन्होंने भी गांह जाना है क्योंकि कितने ना कितने सदरा खत्म हो जांदियां लुक जांदियां चाहे पढ़ाई हुई चाहे नौकरी हुई चाहे अगे कॉलेज जाना है कितने भी जाना है तो बच्चियां का साथ लोड़ तो वध दिया करो क्योंकि सानू सारे नूं पता है कि अज का समा जिहड़ा हैगा कि किहो जिहा जो चलता पे पिया मुंडिया का जो चलता पे नशे चलते पे क्योंकि धियां कभी भी कुछ नहीं मंगदियां धियां कभी भी अपने मापिया को कुछ नहीं मंगदियां उन्हां नूं तां ना जीना चाहीदा है ना मोटरसाइकिल चाहीदे ने ना मोबाइल चाहीदे वो तां बेचारियां जिथे अपनी सदरा है उत्थे ही रोक लैंदे ते मैं इन्हां बच्चियां दा ਤੁਹਾਡਾ ਸਾਰਿਆਂ ਦਾ ਜਿੰਨੇ ਵੀ ਜਿੰਨੇ ਮੇਰੇ ਨਗਨ ਵਾਸੀ ਬੈਠੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਹ ਪ੍ਰੋਗਰਾਮ ਲਿਖਿਆ ਅਤੇ ਮੈਨੂੰ ਮਾਣੇ ਨੂੰ ਇਹ ਮੌਕਾ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ। ਸਰਪੰਚ ਸਾਹਿਬ ਨੇ ਗੱਲ ਤਾਂ ਬਹੁਤ ਸਹੀ ਕਹੀ ਆ, ਕਈ ਕਹਿ ਦਿੰਦੇ ਆ ਕੁੜੀਆਂ ਮੰਗਦੀਆਂ ਕੁੜੀਆਂ ਮੰਗਦੀਆਂ, ਮੇਰੀ ਮੰਮੀ ਨਾ ਮੈਨੂੰ ਖਾਸ ਕਰਕੇ ਕਹਿੰਦੀ ਰਹਿੰਦੀ ਆ ਪਰ ਅਸੀਂ ਕਦੀ ਜੀਨਾ ਨਹੀਂ ਮੰਗੀਆਂ, ਸਾਡੇ ਪਾਪਾ ਨੇ ਸਾਰਾ ਕੁਛ ਸਾਨੂੰ ਬਿਨਾਂ ਮੰਗੇ ਲੈ ਕੇ ਦਿੱਤਾ। ਮੈਂ ਬਾਹਰਲੀ ਕਰ ਦਿੱਤੀ ਯਾਰ, ਬਾਹਰਲੀ ਕਰ ਦਿੱਤੀ ਮੈਂ, ਚੱਲੀ ਨਹੀਂ ਉਹਦਾ ਆਈ ਨਹੀਂ, ਮੈਂ ਉਸ ਤੋਂ ਬਾਅਦ ਜਾਊਗੀ ਸੋ ਆਪਾਂ ਸਾਡੀ ਅਗਲੀ ਪਰਫਾਰਮੈਂਸ ਦੀ ਗੱਲ ਕਰਦੇ ਹਾਂ। ਸਾਡੀ ਅਗਲੀ ਪਰਫਾਰਮੈਂਸ ਅੱਜ ਕੱਲ੍ਹ ਛੋਟੀਆਂ ਛੋਟੀਆਂ ਮੁਟਿਆਰਾਂ ਦਾ ਹੌਸਲਾ ਵਧਾਓ, ਆਪਣੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰੋ।
बिना कहन तो ही प्लीज ताड़ियां मार दिया करो ताकि बच्चे विच कॉन्फिडेंस आ जाए और होर गांव वधे। जिन्ने लोग हैगे उन्नी ताड़ियां दी आवाज घट आ, जोरदार मारो ताड़ियां। हाँ आंटी जी, चलो जी ये साड़ियाँ छोटियाँ पंजाबना अगे होर भी परफॉर्मेंस होनगियाँ वध तो वध इन बच्चियाँ हाँ जी असी पंचायत मैंबर राज आंटी जी नूं रिक्वेस्ट करते हाँ भी तुसी आके मंच ते बैठ जाओ चेयर लैके ते होर भी जो कोई पंचायत मैंबर जां समूह ते विच भीड़ दे बैठे हुए ने तो आके मंच ते चेयर लैके बैठ सकते हैं। आंटी जी तुसी दे सकदे जवाब, तुसी पहला नहीं है सारे
ਕਸੀਦਾ ਕੱਟਣਾ ਕਿਹਨੂੰ ਕਹਿੰਦੇ ਆ? ਹਾਂਜੀ ਆਸ ਦਾ ਬਿਲਕੁਲ ਸਹੀ ਆ ਵੀ ਕਢਾਈ ਕੱਢਣੀ ਨੂੰ ਕਸੀਦਾ ਕੱਢਣਾ ਕਹਿੰਦੇ ਆ। ਚਲੋ ਯਾਰ ਕਸੀਦਾ ਦੀ ਕਢਾਈ ਕੱਟੀ ਜਾਂਦੀ ਆ, ਇਹ ਕੱਢੀ ਕਾਹਦੀ ਜਾਂਦੀ ਆ ਇਹ ਵੀ ਦੱਸ ਦਿਓ। ਕਹਿੰਦੇ ਨੇ ਫੁਲਕਾਰੀ ਦੀ ਕਢਾਈ ਨੂੰ ਕਸੀਦਾ ਕੱਢਣਾ ਕਹਿੰਦੇ ਆ। ਜਿਹੜੀਆਂ ਫੁਲਕਾਰੀਆਂ ਆਪਾਂ ਲੈਂਦੇ ਹਾਂ ਉਹਨਾਂ ਉੱਤੇ ਜਿਹੜੀ ਕਢਾਈ ਆ ਉਹਨੂੰ ਕਸੀਦਾ ਕੱਢਣਾ ਕਹਿੰਦੇ ਆ। ਇਹ ਤਾਂ ਚਲੋ ਪਹਿਲੇ ਵੀ ਅਸੀਂ ਕੱਢਦੇ ਵੀ ਹੁੰਦੇ ਸੀ, ਆਪਣੇ ਤਾਂ ਹੁਣ ਅਲੋਪ ਹੀ ਹੋ ਚੁੱਕਿਆ ਹੈ ਇਹ ਚੀਜ਼ਾਂ, ਪਰ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਾਂ ਇਹ ਚੀਜ਼ਾਂ ਨੂੰ ਅਲੋਪ ਨਾ ਹੋਣ ਦੇਈਏ, ਇਹਨਾਂ ਨੂੰ ਇਵੇਂ ਹੀ ਕਾਇਮ ਰੱਖੀਏ। ਠੀਕ ਆ, ਪਤਾ ਲੱਗ ਗਿਆ ਸਾਰਿਆਂ ਨੂੰ ਕਸੀਦਾ ਕੱਢਣਾ। ਅਗਲੀ ਵਾਰ ਮੈਂ ਫਿਰ ਪੁੱਛਣੇ ਆਏ ਕੁਐਸਚਨ। ਚਲੋ ਵਧਦੇ ਆ ਸਾਡੀ ਨੈਕਸਟ ਪਰਫੋਰਮੈਂਸ ਵੱਲ। ਨੈਕਸਟ ਪਰਫੋਰਮੈਂਸ ਲੈ ਕੇ ਆ ਰਹੀਆਂ ਨੇ ਮੁਲਤਾਨ ਰੀਤ ਐਂਡ ਗਰੋ। ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਸਾਡੀਆਂ ਛੋਟੀਆਂ ਛੋਟੀਆਂ ਪੰਜਾਬਣਾਂ ਦਾ ਰੀਤ ਐਂਡ ਗਰੋਪ। Thank you.
मेहमाना इन्ह बच्चों के छोटे छोटे बच्चों की हौसला वधाई लई इन्हां दी नानी सुरजीत आंटी सानू 100 रुपया दे के गए आ उन्होंने लिए भी क्लैपिंग कर दो। सो साडा नैक्सट क्वेश्चन ये आ पंजाब की कोयल किसनू कहिंदे हन किसी नू आंसर पता होवे बहुत फेमस आ नहीं गलत जवाब। हाँ जी आंटी हाँ जी बिल्कुल सही जवाब सुरिंदर कौर पंजाब की कोई सुरिंदर कौर नू कहते सिंगर बहुत सारे गाने लोग गीत बहुत फेमस सी हूँ भी है ऐसी उम्मीद करते हैं कि गां बने रहेंगे। सो ये भी एक जरिया होंगे पंजाबी विरसे नाल जुड़े रहने का। हाँ जी जोरदार ताड़िया ना स्वागत करो साड़िया होर पंजाबणा दा जिन्हां दा गाना है गुत्त च लाहौर। तां त्रिशा प्लीज वेलकम ऑन द स्टेज त्रिशा गुत्त च लाहौर। खाधे पकाए जाने वाले कोई दो पकवान के नाम दस दो।
ਜਿਹੜੇ ਪੁਰਾਣੇ ਬਣਾਉਂਦੇ ਹੁੰਦੇ ਸੀ ਆਪਾਂ ਤਾਂ ਹੁਣ ਬਹੁਤ ਕੁਛ ਖਾ ਲਈਦਾ ਚਲੋ ਪੁਰਾਣੀਆਂ ਚੀਜ਼ਾਂ ਦੱਸਣੀਆਂ ਕੋਈ ਦੋ ਹਾਂਜੀ ਇਹਦਾ ਜਵਾਬ ਚਲੋ ਸਾਰਿਆਂ ਨੂੰ ਪਤਾ ਸੀ ਵੀ ਖੀਰ ਪੂੜੇ ਖਾਧੇ ਜਾਂਦੇ ਆ ਕੋਈ ਨੀ ਅਗਰ ਪ੍ਰਸ਼ਨ ਆਉਣਾ ਨਾ ਉਦੋਂ ਦੇਖਦੇ ਹਾਂ ਕੌਣ ਬੋਲਦਾ ਪਰ ਸਹੀ ਜਵਾਬ ਦਿੱਤਾ ਆਂਟੀ ਜੀ ਨੇ ਕਿ ਖੀਰ ਪੂੜੇ ਖਾਧੇ ਜਾਂਦੇ ਆ ਸਾਉਣ ਦੇ ਮਹੀਨੇ ਵਿੱਚ ਇਹਦੇ ਤੋਂ ਬਾਅਦ ਕਹਿੰਦੇ ਨਾਲ ਕੜਾਹ ਪ੍ਰਸ਼ਾਦ ਵੀ ਖਾਧਾ ਜਾਂਦਾ ਆ ਚਲੋ ਮੈਨੂੰ ਤਾਂ ਨਹੀਂ ਪਤਾ ਸੀ ਆਂਟੀ ਜੀ ਨੇ ਦੱਸਤਾ ਥੈਂਕ ਯੂ ਆਂਟੀ ਜੀ ਮੈਨੂੰ ਤਾਂ ਲੱਗਦਾ ਸੀ ਕਦੇ ਖੀਰ ਪੂੜੇ ਖਾਧੇ ਜਾਂਦੇ ਆ ਚਲੋ ਕੜਾਹ ਵੀ ਨਾਲ ਐਡ ਕਰ ਲਓ ਕੜਾਹ ਤਾਂ ਸਾਰੇ ਪਾਸੇ ਪਹੁੰਚ ਹੀ ਜਾਂਦਾ ਚਲੋ ਅਗਲੀ ਪਰਫਾਰਮੈਂਸ ਦੇਖਦੇ ਹਾਂ ਸਾਡੀਆਂ ਪੰਜਾਬਣਾਂ ਦਾ ਗਿੱਧਾ ਪੰਜਾਬੀ ਵਿਰਸੇ ਦਾ ਪੁਰਾਣਾ ਗਿੱਧਾ ਜੋ ਲੈ ਕੇ ਆ ਰਹੀਆਂ ਨੇ ਪੰਜਾਬੀ ਮੁਟਿਆਰਾਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਪੰਜਾਬੀ ਮੁਟਿਆਰਾਂ ਦਾ
Thank you.
ਪਤਾ ਕਿਸੇ ਨੂੰ ਫਿਰ ਗੁੱਸੇ ਨਾ ਹੋ ਜਾਵੇ ਮੈਂ ਜਵਾਬ ਦੇਣਾ ਸੀ ਸੁਨਾਲੀ ਨੇ ਆਪ ਹੀ ਦੱਸ ਦਿੱਤਾ ਭੰਗੜਾ ਮੁੰਡਿਆਂ ਦੀ ਆ ਕੁੜੀਆਂ ਦੇ ਲੋਕ ਨਾਚ ਚਾਹੀਦੇ ਆ ਇਸਤਰੀਆਂ ਦੇ ਲੋਕ ਨਾਚ ਹੈ ਕਿਸੇ ਕੋਲ ਜਵਾਬ ਮੈਂ ਦੱਸਦਾ ਫਿਰ ਚਲੋ ਪਹਿਲਾਂ ਤਾਂ ਗਿੱਧਾ ਤੁਹਾਡੇ ਮੋਹਰੇ ਪਾਇਆ ਤੇ ਗਿੱਧੇ ਵਿੱਚ ਪਾਈ ਗਈ ਕਿੱਕਲੀ ਵੀ ਇਸਤਰੀਆਂ ਦਾ ਲੋਕ ਨਾਚ ਆ ਤੇ ਇੱਕ ਹੈਗਾ ਸੰਮੀ ਮੈਂ ਵਾਰੀ ਮੇਰੀ ਸੰਮੀਏ ਵਾਲਾ ਲੱਗ ਗਿਆ ਪਤਾ ਸਾਰਿਆਂ ਨੂੰ ਚਲੋ ਵਧੀਆ ਹੋਇਆ ਲੱਗ ਗਿਆ ਪਤਾ ਮੇਰੇ ਹਿਸਾਬ ਨਾਲ ਪਤਾ ਤਾਂ ਹੋਣਾ ਕਈਆਂ ਨੂੰ ਡਰ ਕੇ ਜਵਾਬ ਨਹੀਂ ਦੇਣ ਆਉਂਦੇ ਚਲੋ ਕੋਈ ਗੱਲ ਨਹੀਂ ਅਗਲੇ ਕੁਐਸਚਨ ਲਈ ਰੈਡੀ ਹੋ ਜਾਓ ਚਲੋ ਅਗਲੇ ਪਰਫੋਰਮੈਂਸ ਵੱਲ ਵੱਧਦੇ ਹਾਂ ਅਗਲੇ ਪਰਫੋਰਮੈਂਸ ਲੈ ਕੇ ਆ ਰਹੇ ਆ ਅੱਗ ਪਾਣੀਆਂ ਨੂੰ ਸੁਰਿੰਦਰ ਕੌਰ ਦਾ ਸੌਂਗ ਅੱਗ ਪਾਣੀਆਂ ਨੂੰ ਨਿਤਿਕਾ ਜ਼ੋਰਦਾਰ ਤਾੜੀਆਂ ਦਾ ਸਵਾਗਤ ਕਰੋ ਨਿਕਿਤਾ ਦਾ ਮਾ
मिल मुटियारा पावन गिद्धा नच नच अज धमक मैं पावा नाल खुशियां दे मैं तीज मनावा। आपां भी सारे ने खुशियां दे नाल तीज मनाउणी आ, सो एक बारी अपने लिए ताड़ियां मार दो। तुसीं इन्ना कीमती समां कढ के आए आ, रौनक लाई तुसीं तीज नूं आण के। सो साडी नैक्सट परफॉर्मेंस आ फट्टे चक दी सिम्मी एंड ग्रुप। इन्हां दा जोरदार ताड़ियां दे नाल स्वागत करो। ताड़ी मारन कंजूसी ना करो प्लीज, मुड़ के तुहानूं कड़ी तौर भी खावांगे। Thank you.
ਸੀ ਸਾਡੀਆਂ ਛੋਟੀਆਂ ਛੋਟੀਆਂ ਪੰਜਾਬਣਾ ਇਹਨਾਂ ਦੀ ਪਰਫਾਰਮੈਂਸ ਦੇਖ ਕੇ ਆਂਟੀ ਜੀ ਨੇ ਇਹਨਾਂ ਨੂੰ ਦਿੱਤੇ ਹੋਇਆ 100 ਰੁਪਏ ਦਾ ਸ਼ਗਨ ਇਹ ਸੀ ਅਕਾਲਪ੍ਰੀਤ ਦੀ ਦਾਦੀ ਅਕਾਲਪ੍ਰੀਤ ਪਵਿੱਤਰ ਇਹਨਾਂ ਦੀ ਦਾਦੀ ਸੀ ਇਹਨਾਂ ਨੇ ਡਾਂਸ ਨੂੰ ਬਹੁਤ ਪਿਆਰ ਦਿੱਤਾ ਬਹੁਤ ਸੋਹਣਾ ਦਿੱਤਾ ਪਰ ਇੱਦਾਂ ਨਹੀਂ ਵੀ ਜੇ ਆਪਣੀਆਂ ਕੁੜੀਆਂ ਨੱਚਦੀਆਂ ਉਹਨਾਂ ਨੇ ਦੇਣਾ ਆ ਬਾਕੀ ਵੀ ਸਾਰੀਆਂ ਆਪਣੀਆਂ ਹੀ ਆ ਜਿਨ੍ਹਾਂ ਦਾ ਵਧੀਆ ਲੱਗਦੀ ਆ ਜ਼ਿਆਦਾ ਪੈਸੇ ਨਹੀਂ ਮੰਗਦੇ ਚਲੋ ਮਾੜਾ ਮੋਟਾ ਤਾੜੀ ਇੱਚੀ ਜਣਾ ਮਾਰਦੇ ਕਰੋ ਦਾ ਹੌਸਲਾ ਵੱਧ ਜਾਂਦਾ ਆ ਮਨਜੀਤ ਕੌਰ ਆਂਟੀ ਜੀ ਨੇ ਵੀ ਪਵਿੱਤਰ ਹੋਣਾ ਦੀ ਪਰਫਾਰਮੈਂਸ ਦੇਖ ਕੇ 100 ਰੁਪਏ ਦਾ ਸ਼ਗਨ ਦਿੱਤਾ ਹੋਇਆ ਆ ਜ਼ੋਰਦਾਰ ਤਾੜੀਆਂ ਆਂਟੀ ਜੀ ਨੇ ਵੀ ਸਾਡੇ ਆਏ ਹੋਏ ਮਹਿਮਾਨਾਂ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਪਿਆਸ ਲੱਗੀ ਆ ਉੱਧਰ ਬੈਂਚ ਤੇ ਪਾਣੀ ਲੱਗਾ ਹੈ ਜਾ ਕੇ ਪੀ ਲਓ ਜੇ ਕਿਸੇ ਨੂੰ ਪਿਆਸ ਲੱਗੀ ਆ ਤਾਂ ਮੁੰਡਿਓ ਥੋੜਾ ਕੰਮ ਹੈਪੀ ਬਾਜੀ ਮੇਰੇ ਹਿਸਾਬ ਨਾਲ ਜੇ ਬੈਠਿਆਂ ਨੂੰ ਪੜਾ ਦਿੱਤਾ ਸਾਡੇ ਤਾਂ ਜ਼ਿਆਦਾ ਵਧੀਆ ਆ ਸੋ ਸਾਰੇ ਬੈਠੇ ਰਹੋ ਤੁਹਾਨੂੰ ਬੈਠਿਆਂ ਨੂੰ ਪਾਣੀ ਮਿਲ ਜੂਗਾ ਗਰਮੀ ਬਹੁਤ ਆ ਮੁੰਡਿਆਂ ਦੀ ਸੇਵਾ ਕਰ ਦੇਣੀ ਪਾਣੀ ਦੀ ਕੋਈ ਗੱਲ ਨਹੀਂ ਬੈਠਿਆਂ ਨੂੰ ਮਿਲ ਜੂਗਾ ਤੁਹਾਨੂੰ ਚਲੋ ਅੱਗੇ ਵੱਧਦੇ ਹਾਂ ਆਪਣੇ ਪ੍ਰਸ਼ਨ ਵੱਲ ਆਂਟੀਆਂ ਬਹੁਤ ਐਕਸਾਈਟਡ ਹੋ ਜਾਂਦੇ ਜਦੋਂ ਪ੍ਰਸ਼ਨ ਦਾ ਨਾਮ ਲਓ ਪੁੱਛਣਾ ਪੈਂਦਾ ਕੀ ਪੁੱਛਣਾ ਇਹਨਾਂ ਨੇ ਮੇਰਾ ਅਗਲਾ ਪ੍ਰਸ਼ਨ ਆ ਕਿ ਪੰਜਾਬਣ ਦੇ ਗਾਣੇ ਵਿੱਚ ਪਾਉਣ ਵਾਲੇ ਪੰਜ ਗਹਿਣਿਆਂ ਦੇ ਨਾਮ ਪਤਾ ਕਿਸੇ ਨੂੰ ਯਾਰ ਪਿੱਛੋਂ ਵੀ ਕੋਈ ਆ ਜਾਓ ਇੰਨੀ ਗਰਮੀ ਅੱਗੇ ਅੱਗੇ ਹਵਾ ਹਵਾ ਲੈ ਲਓ ਆਂਸਰ ਦੇ ਜਾਓ ਨਾਲੇ ਮੋਹਰੇ ਬਹਿ ਜਾਓ ਆ ਕੇ ਪੂਜਾ ਨੂੰ ਪਤਾ ਹੋਣਾ ਮੇਰੇ ਹਿਸਾਬ ਨਾਲ ਪੰਜਾਬਣਾਂ ਦੇ ਪੰਜ ਗਹਿਣੇ ਗਲ ਦੇ ਪੰਜ ਗਹਿਣੇ ਪੰਜਾਬਣਾਂ ਦੇ ਗਲ ਦੇ ਪੰਜ ਗਹਿਣੇ ਹਾਂਜੀ ਇੱਕ ਰਾਣੀ ਹਾਰ ਚਾਰ ਨਾਮ ਰਹਿ ਗਏ ਆ ਹਾਂਜੀ ਇੱਕ ਸਿੰਘ ਤਵਿਕੜੀਆਂ ਹੁਣ ਤਿੰਨ ਰਹਿ ਗਏ ਆ ਉਹ ਕੌਣ ਦੱਸੂਗਾ ਹਾਂਜੀ ਇੱਕ ਹੋ ਗਈ ਜੁਗਨੀ ਲਾਸਟ ਰਹਿ ਗਿਆ ਦਾਖਾ ਇਹ ਮੇਰੇ ਹਿਸਾਬ ਨਾਲ ਪਿਛਲੀਆਂ ਬੁੜੀਆਂ ਨੂੰ ਪਤਾ ਹੋਣਾ ਆ ਵੀ ਦਾਖਾ ਕੀ ਹੁੰਦਾ ਆ ਇਹ ਵੀ ਗਲ ਵਿੱਚ ਪਾਇਆ ਜਾਂਦਾ ਮੇਰੇ ਹਿਸਾਬ ਨਾਲ ਇਹਦੇ ਵਿੱਚ ਦੋ ਤਿੰਨ ਮੋਤੀ ਹੁੰਦੇ ਆ ਉਹ ਤੋਂ ਵੱਧ ਨਹੀਂ ਹੁੰਦੇ ਛੋਟਾ ਜਿਹਾ ਹਾਰ ਆ ਚਲੋ ਹੈਗਾ ਤਾਂ ਹਾਰ ਹੀ ਆ ਪੰਜ ਨਾਮ ਹੋ ਗਏ ਆ ਸਿੰਘ ਤਵਿਤੜੀਆਂ ਜੁਗਨੀ ਰਾਣੀ ਹਾਰ ਗਾਨੀ ਤੇ ਦਾਖਾ ਇਹ ਕਹਿਣੇ ਆ ਪੰਜਾਬਣੇ ਦੇ ਗਲ ਵਿੱਚ ਪਾਉਣ ਵਾਲੇ ਠੀਕ ਆ ਜੀ ਅਗਲੇ ਪ੍ਰਸ਼ਨ ਲਈ ਵੀ ਤਿਆਰ ਰਹੋ ਕੁਛ ਵੀ ਹੋ ਸਕਦੀ ਆ ਚਲੋ ਅਗਲੀ ਪਰਫਾਰਮੈਂਸ ਵੱਲ ਵੱਧਦੇ ਹਾਂ ਪੰਜਾਬੀ ਮੁਟਿਆਰਾਂ ਜੱਸੀ ਜੱਸੀ ਹੈ ਕਿ ਵਿੱਚ ਜੱਸੀ ਪੰਜਾਬੀ ਮੁਟਿਆਰਾਂ ਸੌਂਗ ਜੱਸੀ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਛੋਟੀ ਪੰਜਾਬਣ ਦਾ ਪੰਜਾਬੀ ਮੁਟਿਆਰਾਂ ਗਾਣੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਮੈਂ ਜਿਹੜਾ ਗੀਤ ਪੇਸ਼ ਕਰਨ ਜਾ ਰਹੀ ਹਾਂ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਗੀਤ ਦਾ ਨਾਮ ਹੈ ਪੰਜਾਬੀ ਮੁਟਿਆਰਾਂ ਅਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ ਅਰਸ਼ਾਂ ਤੂੰ ਪਰੀਆਂ ਬੁਲਾ ਕੇ ਵੇਖ ਲਓ
जवाब देना बी बहुत क्वेश्चन आ के बैठे बैठे ने जवाब दे दिते आ अद्धे जवाब तो ना ही देते उठ के आके इतने आके जवाब देना माइक विच दस सकते मैनू कोई दिन का रीजन की है चलो साड़ी रेखा भाभी दस दूंगे चलो चलो दोनों को पुछना कि पहला दीदी दसूंगे ਵੀ ਹਰੀਆਂ ਦੇ ਨਾਲ ਪੰਗਾ ਪਾਉਣ ਦਾ ਰੀਜ਼ਨ ਕੀ ਹੁੰਦਾ ਵੀ ਸਾਉਣ ਦੇ ਮਹੀਨੇ ਵਿੱਚ ਥੈਂਕ ਯੂ ਦੀਦੀ ਮੈਨੂੰ ਇਹਦਾ ਜਵਾਬ ਨਹੀਂ ਪਤਾ ਸੀ ਤੁਸੀਂ ਦੱਸ ਦਿੱਤਾ चलो पंखा तो सारे पवाई लेंगे मैं भी बिना पूछे पवाई ली हाँ पर टुट गई प्रैक्टिस करते करते सारे ने पाइया ही होनी दीदी कहते हैं भी लाल रंग हों शगना का रंग जान की सुहागना पादियाँ आ हरा रंग हों हरियाली की तियां के महीने सौन के महीने हरियाली बनी रहे इस करके सौन के महीने हरिया तो लाल पंखा पाई जा सो हम आप वादे हैं अपनी परफॉर्मेंस वाल जो थोड़े बच्चों किसी ने तिया बारे कुछ दसना हो मंच भी आके सब दस सकता है संगना नहीं शर्मा नहीं जिसे किसी भी कोई गल पता है प्लीज स्टेज पर आके दसो सारे की नॉलेज वापती है तिया बारे सारे खुला सकता है जो किसी ने कोई दसना है जो पूछना है आके मंच से पूछ सकता है सोनी ने कॉल सुन के
पिछी पिछी
आया दिन गिद्धे दा सबे सहेलियां नचण कुद्दण आईया रल में सबे झूटण पींगा मानण नजारे भिज गई रूह मित्रा शाम घटा चढ़ आया घटा वे पड़ी नहीं चलो धुप बहुत गर्मी भी बहुत आ सारे जने बह जाओ प्लीज गर्मी घट लगूगी जिथे जिथे जगह मिलती थोड़ी थोड़ी करके बह जाओ ताकि हवा आती रहे जोरदार ताड़ियों का स्वागत करो हांजी जेड़े घड़े विच पहली बारी पानी पाया जावे उन्हूं कोरा घड़ा कहिंदे आ हाँ जी ये साड़ी काजल ने जवाब दिता आ साडे विचे कोई निकल आ चलो वधिया आ भी कोरा घड़ा उहनूं कहिंदे आ जिहदे विच पहली वारी पानी पाया जावे चलो वधदे आ परफॉर्मेंस वल I'm gonna make you mine.
सारे दसना चाहनी हाँ कि अपना यह प्रोग्राम यूट्यूब के ओपन पंजाब चैनल से लाइव चल रहा है। सो जिन्हों के फैमिली मैंबर कोई बाहर बैठे हुए आ लिंक शेयर कर दो ताकि वह भी अपन देख सकन बाहर बैठे, क्योंकि अपने महल्ले में पहली औरतियों का प्रोग्राम हो रहा है। सारा बहुत खुशी है जी बाहर बैठे आ, इसलिए उदास ना हो, उन्होंने लिंक शेयर कर दिया जाए ओपन पंजाब। मैं फिर कहना चाहनी हाँ जी किसी ने कुछ तीन रिलेटिड दसना आ जो पूछना आ स्टेज पर आके अपने विचार दे सकता है, जो किसी के दिल च हैगा किसी विचार देने आ, सो स्टेज के बिना झुझके हुए आओ तो अपने सारे विचार दे सकते हो। तुम सो नैक्सट परफॉर्मेंस जानवी एंड उन्होंने ग्रुप की गेड़ा गिद्धे विच जानवी, जोरदार ताड़ियों का स्वागत करो जानवी एंड ग्रुप। ਸ਼ੱਕਰ ਭਿੱਜੀ ਕੀ ਹੁੰਦੀ ਹੈ?
ਹੁੰਦੀ ਆ। ਕੋਈ ਚੀਜ਼ ਆ ਕੋਈ ਖੇਡ। ਹਾਂਜੀ ਉੱਚੀ ਬੋਲੋ। ਨਹੀਂ ਸ਼ਰਬਤ ਨਹੀਂ ਆ। ਕਿਸੇ ਨੂੰ ਪਤਾ ਇਹਦਾ ਆਨਸਰ? ਸ਼ੱਕਰ ਭਿੱਜੀ ਕੀ ਹੁੰਦੀ ਆ? ਨਹੀਂ ਦੀਦੀ ਸੋ ਨਹੀਂ ਪਤਾ, ਮੈਂ ਆਪ ਹੀ ਦੱਸ ਦਵਾਂ। ਸ਼ੱਕਰ ਭਿੱਜੀ ਇੱਕ ਬਹੁਤ ਹੀ ਮਨਮੋਹਕ ਸਭ ਤੋਂ ਲੋਕ ਪਿਆਰੀ ਖੇਡ ਸੀਗੀ ਪਹਿਲਾਂ ਦੇ ਜ਼ਮਾਨੇ। ਸ਼ੱਕਰ ਭਿੱਜੀ ਖੇਡ ਆ, ਅੱਜ ਕੱਲ੍ਹ ਤਾਂ ਕੋਈ ਨਹੀਂ ਖੇਡਦਾ, ਚਲੋ ਮੋਬਾਈਲ ਫੋਨ ਹੀ ਆ ਗਏ ਬਹੁਤ ਸਾਰੇ, ਪਰ ਇਹ ਖੇਡ ਸੀ ਪਹਿਲਾਂ। ਉੜਤਾ ਸੁਣੇ ਸੁਣਾ।
ਆਪਣੀ ਨੈਕਸਟ ਪਰਫਾਰਮੈਂਸ ਵੰਜਲੀ ਵਜਾ ਮਾਨਸੀ ਐਂਡ ਜੱਸੀ ਸਵਾਗਤ ਕਰੋ ਜ਼ੋਰਦਾਰ ਤਾੜੀਆਂ ਨਾਲ ਤੁਹਾਡੀ ਤਾੜੀਆਂ ਦੀ ਆਵਾਜ਼ ਭੇਟੀ ਜਾਂਦੀ ਹੈ अज मेले हो गए सजना लगे गम वीद ते हरा मेरे चितनू कंबनी छिड़ गई तैनू देखिया जदों जरा सानू सारा ਸਭ ਤੋਂ ਜ਼ਿਆਦਾ ਸਪੋਰਟ ਕੀਤੀ ਸਾਨੂੰ ਬਾਬਾ ਮਹਿੰਦਰ ਸਿੰਘ ਜੀ ਨੇ
ਉਹਨਾਂ ਦੀ ਭਾਬੀ ਜੀ ਸਾਡੇ ਵਿੱਚ ਬੈਠੇ ਹੋਏ ਆ, ਤਾਂ ਚਲੋ ਨਹੀਂ ਆਏ। ਹਾਂਜੀ ਅਲਕਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਬੀ ਜੀ। ਤੇ ਓਂਕਾਰ ਸਿੰਘ ਉਹਨਾਂ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਹੋਈ ਆ, ਜਿਹਨਾਂ ਨੂੰ ਆਪਾਂ ਆਪਾਂ ਮਹੱਲੇ ਵਿੱਚ ਸਾਧੂ ਸਿੰਘ ਦੇ ਨਾਮ ਨਾਲ ਜਾਣਦੇ ਹਾਂ, ਓਂਕਾਰ ਸਿੰਘ। ਤੇ ਇੱਕ ਨਾਮ ਹੈ ਬਲਵਿੰਦਰ ਕੁਮਾਰ ਬੱਬੀ ਅੰਕਲ, ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਡਰਨਾ ਨਹੀਂ, ਅਸੀਂ ਤੁਹਾਡੇ ਨਾਲ ਹਾਂ। ਸਰਪੰਚ ਸਾਹਿਬ ਦੇ ਤੋਂ ਇਜਾਜ਼ਤ ਲੈ ਕੇ ਅਸੀਂ ਤੀਆਂ ਦੇ ਮੇਲੇ ਦੀ ਸ਼ੁਰੂਆਤ ਕੀਤੀ। ਸੋ ਜਿਨ੍ਹਾਂ ਨੇ ਸਹਿਯੋਗ ਦਿੱਤਾ, ਤੁਸੀਂ ਸਾਰੇ ਵੀ ਆਏ, ਬਹੁਤ ਸਹਿਯੋਗ ਦਿੱਤਾ ਸਾਨੂੰ, ਸਾਡੀ ਹਿੰਮਤ ਵਧਾਈ। ਤੇ ਅਸੀਂ ਚਾਹੁੰਦੇ ਹਾਂ ਹਰ ਸਾਲ ਸਾਡਾ ਤੀਆਂ ਦਾ ਮੇਲਾ ਇਵੇਂ ਰੌਣਕ ਭਰਿਆ ਹੋਵੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਹਿੰਮਤ ਦਿੱਤੀ ਕਿ ਆਪਣੇ ਮਹੱਲੇ ਵਿੱਚ ਵੀ ਤੀਆਂ ਦਾ ਮੇਲਾ ਹੋ ਸਕਦਾ ਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਂਟੀ ਜੀ, ਭਾਬੀ ਜੀ, ਤੁਹਾਡਾ ਵੀ ਤੁਸੀਂ ਆਏ ਈਜ਼ੀ ਟਾਈਮ ਕੱਟ ਕੇ। ਪਰ ਅਸੀਂ ਅੰਕਲ ਜੀ ਤੋਂ ਚਾਹੁੰਦੇ ਸੀ ਵੀ ਅੰਕਲ ਜੀ ਵੀ ਜ਼ਰੂਰ ਆਉਣ, ਪਰ ਅੰਕਲ ਜੀ ਆਏ ਨਹੀਂ। ਚਲੋ ਨੈਕਸਟ ਟਾਈਮ ਸਹੀ। ਆਪੀ ਰੋਅਲਟੀ ਦਾ ਦਿੱਤੇ ਆ ਵੀ 100 ਰੁਪਇਆ, ਇਹਨਾਂ ਇਹ ਪਤਾ ਕਿਹੜਾ ਸਹਿਣਾ ਦਿੱਤਾ ਹੁਣ ਇਹਨਾਂ ਨੇ। ਚਲੋ ਤਾੜੀ ਕਰ ਦਿਓ ਇਹਦਾ ਨਾਂ 'ਤੇ ਵੀ, ਤਾੜੀ ਵੀ ਮਾਰ ਦਿਓ। ਥੈਂਕ ਯੂ ਵੀਰੋ ਆਂਟੀ, ਸੁਣ ਗਿਆ ਆਂਟੀ ਨੂੰ ਤਾਂ। ਹਾਂਜੀ ਜੱਸੀ ਦੀ ਮੰਮੀ ਉਹਨਾਂ ਨੇ ਮਨੀਸ਼ ਦੇ ਵੱਲੋਂ ਦਿੱਤੇ ਹੋਏ ਆਪਣੀ ਕੁੜੀ ਦੀ ਪਰਫਾਰਮੈਂਸ ਦੇਖ ਕੇ ਸ਼ਗਨ, ਇਹਨਾਂ ਨੂੰ ਵੀ 100 ਰੁਪਏ ਦਿੱਤਾ ਹੋਇਆ। ਥੈਂਕ ਯੂ ਭਾਬੀ ਜੀ, ਇਵੇਂ ਸਾਰਿਆਂ ਦੀ ਹਿੰਮਤ ਵਧਾਈ। ਚਲੋ ਪਰ ਸਭ ਤੋਂ ਜ਼ਿਆਦਾ ਹਿੰਮਤ ਵਧਾਉਣ ਲਈ ਜ਼ਰੂਰੀ ਆ ਤੁਹਾਡੀ ਸਾਰਿਆਂ ਦੀ ਤਾੜੀ। ਜਦੋਂ ਤੁਸੀਂ ਕਲੈਪੀ ਕਰ ਦਿੰਦੇ ਸਾਰਿਆਂ ਦਾ ਜੋਸ਼ ਹੋਰ ਵੱਧ ਜਾਂਦਾ ਆ, ਪੈਸੇ ਦਾ ਕੋਈ ਮਾਇਨ ਨਹੀਂ ਰੱਖਦਾ, ਤਾੜੀ ਤੁਹਾਡੀ ਹਿੰਮਤ ਵਧਾ ਦਿੰਦੀ ਆ। ਹੁਣ ਅਗਲੀ ਪਰਫਾਰਮੈਂਸ ਛੋਟੀ ਜਿਹੀ ਕੁੜੀ ਆ ਰਹੀ ਆ ਜੋ ਕਹਿੰਦੀ ਹੈ ਜੁੱਤੀ ਕਸੂਰੀ ਪੈਰੀ ਨਾ ਪੂਰੀ। ਤੇ ਸਵਾਗਤ ਕਰੋ ਰੀਤ ਦਾ, ਛੋਟੀ ਜਿਹੀ ਲੜਕੀ ਆ ਉਹ, ਜ਼ੋਰਦਾਰ ਤਾੜੀਆਂ ਕਰ ਦਿਓ ਤਾਂ ਹੌਸਲਾ ਵਧਾਉਣ ਲਈ। ਛੋਟੀ ਪੰਜਾਬਣ ਥੋੜਾ ਸੰਗਦੀ ਆ ਇਹ, ਸਾਨੂੰ ਇਹਨੇ 3 ਦਿਨਾਂ ਵਿੱਚ ਆਪਣਾ ਨਾਮ ਦੱਸਿਆ ਸੀ ਕਿ ਮੇਰਾ ਨਾਮ ਰੀਤ ਆ। ਸੋ ਮੈਨੂੰ ਲੱਗਦਾ ਇਹਦੇ ਨਾਂ 'ਤੇ ਹੋਰ ਜ਼ੋਰਦਾਰ ਤਾੜੀਆਂ ਹੋਣੀ ਚਾਹੀਦੀਆਂ। ਜਿਹੜੀ ਕੁੜੀ ਆਪਣਾ ਨਾਮ ਨਹੀਂ ਦੱਸ ਦਿੱਤੀ ਉਹਨੇ ਸਟੇਜ 'ਤੇ ਚੜ੍ਹ ਕੇ ਪਰਫੋਰਮੈਂਸ ਕੀਤੀ ਆ, ਮੈਨੂੰ ਸਭ ਤੋਂ ਸੋਹਣੀ ਪਰਫੋਰਮੈਂਸ ਇਹ ਵੀ ਲੱਗੀ ਕਿਉਂਕਿ ਜਿਹੜੀ ਕੁੜੀ 3 ਦਿਨਾਂ 'ਚ ਆਪਣਾ ਨਾਮ ਇੱਕ ਵਾਰੀ ਬੋਲ ਕੇ ਦੱਸਿਆ ਬੋਲਦੀ ਨਹੀਂ ਸੀ, ਉਹਨੇ ਇੰਨੀ ਹਿੰਮਤ ਕਰਕੇ ਸਟੇਜ 'ਤੇ ਪੈਰ ਰੱਖਿਆ। ਅਸੀਂ ਤਾਂ ਬਹੁਤ ਡਰਦੇ ਸੀ ਸਵੇਰੇ ਅਸੀਂ ਉੱਥੇ ਚੜ੍ਹਨਾ ਹੀ ਨਹੀਂ ਮੰਚ 'ਤੇ, ਪਰ ਇਹਨੇ ਹੌਸਲਾ ਦਿੱਤਾ, ਅੱਪ ਕੀਤਾ ਨਾ, ਜ਼ੋਰਦਾਰ ਤਾੜੀਆਂ ਇਹਦੇ ਨਾਂ 'ਤੇ ਹੋ।
हाँ जी अगली परफॉर्मेंस पर वादे हैं साड़ी अगली परफॉर्मेंस आ खुशी दी नाच दी सॉन्ग दे सो जोरदार ताड़ियां का स्वागत करो खुशी पंजाबन नाच दी सॉन्ग दे जोरदार ताड़ियां मार दो तड़ी ताड़ियां दी बात बहुत काटते हैं उस छोटे छोटे बच्चियां वालों में हौसला देना होंगे यार स्वागत करो छोटी जी अनमोल ताड़िया मार दो यार They see through.
ਜੀ ਅਨਮੋਲ ਦੀ ਜ਼ੋਰਦਾਰ ਤਾੜੀਆਂ ਹੋ ਜਾਵੇ ਕਿਉਂਕਿ ਪਹਿਲੀ ਕੁੜੀ ਆ ਜਿਹੜੇ ਡਾਂਸ ਤੋਂ ਸਾਨੂੰ ਸਰਪੰਚ ਸਾਹਿਬ ਨੇ ਵੀ ਸ਼ਗਨ ਦਿੱਤਾ ਆ ਲਓ ਜੀ ਕੁੜੀ ਦੇ ਡੈਡੀ ਵੱਲੋਂ ਵੀ ਕੁੜੀ ਦੇ ਡੈਡੀ ਨੂੰ ਤਾਂ ਕਾਲੀ ਕੋ ਪਈ ਸੀ ਮੇਰੀ ਕੁੜੀ ਦੀ ਪਰਫਾਰਮੈਂਸ ਹੋ ਜਾਵੇ ਪਹਿਲਾਂ ਜ਼ੋਰਦਾਰ ਤਾੜੀਆਂ ਅੱਜ ਭਾਬੀ ਜੀ ਵੱਲੋਂ ਵੀ ਸਾਨੂੰ 100 ਰੁਪਿਆ ਹੈ ਅਨਮੋਲ ਦੀ ਪਰਫਾਰਮੈਂਸ ਦੇਖ ਕੇ ਆਂਟੀ ਹੁਣਾਂ ਨੇ 50 ਰੁਪਏ ਦਿੱਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਨਮੋਲ ਤੁਸੀਂ ਬਹੁਤ ਲੱਕੀ ਆ ਸ਼ਾਇਦ ਜਦੋਂ ਤੇ ਤੁਸੀਂ ਡਾਂਸ ਕਰਨ ਲੱਗੇ ਸਾਰੇ ਤੁਹਾਨੂੰ ਬਹੁਤ ਪਿਆਰ ਦਿੱਤਾ ਖਾਸ ਕਰਕੇ ਸਰਪੰਚ ਸਾਹਿਬ ਜੀ ਨੇ ਪਹਿਲੀ ਪਰਫਾਰਮੈਂਸ ਸੀ ਮੇਰੀ ਜਦੋਂ ਉਹਨਾਂ ਨੇ ਪੈਸੇ ਦਿੱਤੇ ਆ ਜ਼ੋਰਦਾਰ ਤਾੜੀਆਂ ਹੋ ਜਾਵੇ ਅਨਮੋਲ ਨਹੀਂ ਉਹਦਾ ਹੌਸਲਾ ਵਧਾਉਣ ਲਈ ਹਾਂਜੀ ਅਗਲੀ ਪਰਫਾਰਮੈਂਸ ਸਾਡੀ ਲੈ ਕੇ ਆ ਰਹੇ ਆ ਫੁਲਕਾਰੀ ਸੌਂਗ ਤੇ ਬਲਜੀਤ ਕੌਰ ਫੁਲਕਾਰੀ ਸੌਂਗ ਤੇ ਤਾਰੀ ਭੱਜ ਕਹਿੰਦੇ ਜਦੋਂ ਤੁਸੀਂ ਅਗਲੀ ਵਾਰੀ ਤੀਆਂ ਦਾ ਤਿਉਹਾਰ ਕਰਨਾ ਆ ਮੇਰੇ ਵੱਲੋਂ ਤੁਹਾਨੂੰ 5,500 ਰੁਪਇਆ ਦਿੱਤਾ ਜਾਊਗਾ ਤਾੜੀ ਮਾਰ ਦੋ ਭਾਜੀ ਨੇ ਉਹਨਾਂ ਨੇ ਅਗਲੀ ਵਾਰ ਦੀ ਪਹਿਲੇ ਬੁਕਿੰਗ ਕਰ ਦਿੱਤੀ ਆ ਇਸ ਵਾਸਤੇ ਦਿੱਤੇ ਦਿੱਤੇ ਸੀਗੇ ਥੈਂਕ ਯੂ ਭਾਜੀ ਤੁਸੀਂ ਸਾਡਾ ਬਹੁਤ ਹੌਸਲਾ ਵਧਾਈ ਕੀਤਾ ਹੋਇਆ ਆ ਥੈਂਕ ਯੂ ਸੋ ਮਚ ਅਗਲੀ ਪਰਫਾਰਮੈਂਸ ਬਲਜੀਤ ਜੀ ਦੀ ਫੁਲਕਾਰੀ ਸੌਂਗ ਤੇ ਜ਼ੋਰਦਾਰ ਤਾੜੀਆਂ ਦਾ ਸਵਾਗਤ ਕਰੋ ਬਲਜੀਤ ਜੀ ਦਾ ਰਲ ਮਿਲ ਸਭ ਝੂਟਣ ਪੀਂਗਾ ਮਾਰਦੀਆਂ ਨਜ਼ਾਰੇ ਭਿੱਜ ਗਈ ਰੂਹ
मित्रा शाम कटा दिया चाड़ा ना साढ़े पंचायत मैंबर वालों दिए गए फुलकारी साहब के डांस किए गए दीदी हमारा इस परफॉर्मेंस से 150 रुपये दिता उन्होंने जोरदार ताड़िया होर भी साढ़े पंचायत मैंबर ने जिन्होंने इन्ने टाइम का बह के ना कोई पखा है ना कुछ होर बेचारे बैठे इन्ने टाइम के हौसला बधाई कर रहे हैं जोरदार ताड़िया होने भी सरपंच साहब उन्होंने वाइफ की ना कि पंचायत मैंबर ना के मार दो ताड़ी हाँ जी सारे बेनती हाँ अपनी चुन्नी थोड़ी संभाल के रखियो कहते भी एक आंटी की चुन्नी पखे आ गई सी सो थोड़ा दूर दूर रहो बच्चों दूर ही रखियो पखियों तो चलो बढ़ते हैं अपनी नेक्स्ट परफॉर्मेंस पर Thank you.
चलो जी बहुत टाइम हो गया आप सवाल पूछा अंजू भाभी जी वालों दिते गए 100 रुपया शगन इन्हों की परफॉर्मेंस देख के काजलान ग्रुप की जसवंत सोनी जी की वाइफ ने भी दिते हुए इन्हों की परफॉर्मेंस देख के 100 रुपया जोरदार ताड़ियां हो जाएगी ना पंजाबना ले जोरदार ताड़ियां ना स्वागत करो छोटी जी बच्ची का जो कहती है ऑडियंस भी उठ के भी परांदा सौ गाने के डांस करना है जोरदार ताड़ियां हो जाए कुड़ी की जिन्हें ऑडियंस उठ के हौसला किया है भी मैं भी करना है जोरदार ताड़ियां हो जाए तो नहीं परांदा सॉन्ग Look at the height.
तेरा लक ना मरोड़ा गाजा दे कच्च दा समान बिलो रख सा
ਨੀ ਕਿਤੇ ਸੋਹਣੀਆਂ ਤੜਕ ਨਾ ਜਾਵੇ ਜਿਨ੍ਹਾਂ ਦਾ ਸ਼ੌਂਕ ਸੀ ਵੀ ਮੰਚ ਤੇ ਡਾਂਸ ਕਰਨਾ ਆ, ਵੀ ਲੱਗਦਾ ਹਜੇ ਵੀ ਦਾ ਸ਼ੌਂਕ ਪੂਰਾ ਨਹੀਂ ਹੋਇਆ। ਚਲੋ ਵੱਜਦੇ ਆ ਸਾਡੀ ਲਾਸਟ ਪਰਫੋਰਮੈਂਸ ਵੱਲ, ਜੋ ਕੀਤਾ ਜਾਊਗਾ ਸਾਡੀਆਂ ਪੰਜਾਬਣਾਂ ਵੱਲੋਂ। ਇਹ ਪਰਫੋਰਮੈਂਸ ਰਿਲੇਟਿਡ ਆ ਇੱਕ ਧੀ ਨੂੰ ਆਪਣੇ ਬਾਪ ਲਈ ਅਤੇ ਆਪਣੀ ਫੈਮਿਲੀ ਲਈ। ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਪੰਜਾਬੀ ਮੁਟਿਆਰਾਂ ਦਾ। ਇਹ ਰਸਮ ਦਾ ਕੋਈ ਨਾਮ ਆ ਉਹ ਦੱਸਣਾ ਆ।
ਸਾਰਿਆਂ ਨੇ ਉਹ ਤਾਂ ਕਾਫੀ ਡੋਲੀ ਹੋ ਗਈ ਚੌਂ ਸੁੱਟਣ ਦੀ ਰਸਮ ਕੀ ਕਿਹਾ ਜਾਂਦਾ ਆ ਯਾਰ ਸਾਰੇ ਵਿਆਹੇ ਬੈਠੇ ਆ ਜਵਾਬ ਤਾਂ ਦੇਣਾ ਬਣਦਾ ਆ ਮੈਂ ਦੱਸਦਾ ਫਿਰ ਆ ਜਾਓ ਆਂਟੀ ਜੀ ਆ ਜਾਓ ਹਾਂਜੀ ਤਾਂ ਸੁੱਟਣਾ ਕਹਿੰਦੇ ਆ ਇਸ ਰਸਮ ਨੂੰ ਡੋਲੀ ਵੇਲੇ ਜਦੋਂ ਕੁੜੀ ਚੌਂ ਸੁੱਟਦੀ ਆ ਉਹ ਰਸਮ ਨੂੰ ਤਾਂ ਸੁੱਟਣਾ ਕਿਹਾ ਜਾਂਦਾ ਆ ਜ਼ੋਰਦਾਰ ਤਾੜੀਆਂ ਹਜਵੇ ਕਾਂ ਜਾਂਦੀ ਮੰਮੀ ਨਹੀਂ ਜਿਨ੍ਹਾਂ ਨੇ ਪਿੱਛੇ ਉੱਠ ਕੇ ਜਵਾਬ ਦਿੱਤਾ ਆ
Thank you.
ਸੁਭਾਅ ਪੂਰਾ ਕਰ ਲਿਆ ਸੀ। ਹਾਂਜੀ ਸਾਰੇ ਨਾਲ ਲੰਗਰ ਖਾ ਕੇ ਜਾਣਾ ਆ, ਲੰਗਰ ਤੋਂ ਬਿਨਾਂ ਕੋਈ ਨਾ ਜਾਵੇ, ਸੋ ਸਾਰਿਆਂ ਨੇ ਬੈਠ ਜਾਓ, ਬੈਠਿਆ ਲੰਗਰ ਮਿਲ ਜੂਗਾ। ਇੱਕ ਟਾਈਮ ਇੱਧਰ ਲੰਗਰ ਚਾਹ ਲੈ ਦੋ ਤੇ ਜਿਹੜੇ ਕਹਿੰਦੇ ਹਜੇ ਅਸੀਂ ਨੱਚਣਾ ਆ ਉਹ ਆਹ ਮੰਚ ਤੇ ਆ ਜਾਓ, ਕਿਉਂਕਿ ਇੱਥੇ ਅਸੀਂ ਲੰਗਰ ਲਗਾਉਣਾ। ਫਿਰ ਇੱਧਰ ਆਜੋ ਜਿਨ੍ਹਾਂ ਨੂੰ ਹੈਗਾ ਤੇ ਨੱਚਣਾ ਆ ਹਜੇ, ਕਿਉਂਕਿ ਇੱਧਰ ਲੰਗਰ ਲੱਗਣਾ ਆ ਤੇ ਬੈਠਣਾ ਆ ਅਸੀਂ ਸਾਰਿਆਂ ਨੇ। ਆਜੋ ਆਜੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਤੀਆਂ ਦੇ ਤਿਉਹਾਰ ਵਿੱਚ ਹੋਰ ਰੌਣਕ ਲਾ ਦਿੱਤੀ ਆ। ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰੇ ਸ਼ੋਨਾ। ਧੀਰ ਸਾਉਂਡ
असी बहुत धन्यवादी हाँ और सारियां इस प्रोग्राम की लख लख बधाई दें। तो सारी संघ को बेनती है जी लंगर छक के जाना जी, बिना लंगर छके किसी नहीं जाना। जय गुरदेव, धन गुरदेव, जय भीम, जय भारत। Yeah.
ਲਗਾਓ ਸਾਰੇ ਉੱਥੇ ਬੈਠੇ ਆ ਕਹਿੰਦੇ ਥੜੀ ਦੀ ਜਗ੍ਹਾ ਹੈ ਨਹੀਂ ਆ ਤਾਂ ਕਰਕੇ ਕਿਹਾ ਆ ਛਕਾਉਣ ਵਾਲੇ ਛਕਾਉਣ ਛਕਾਉਣਾ ਵੀ ਆ ਛਕਾਉਣੇ ਦੇ ਸਿੱਖੇ ਤੁਸੀਂ ਛਕਾਓ ਅੱਗੇ ਹਾਂ ਨਾ ਮੰਦਰ ਵੀ ਛਕਾ ਦਿਓ ਬਹੁਤ ਹੋ ਗਿਆ ਇਹ ਚਲੋ ਯਾਰ ਲੰਗਰ ਛਕਾਓ ਹੈਲੋ ਇੱਕ ਹੋਰ ਜ਼ਰੂਰੀ ਬੇਨਤੀ ਆ ਜੀ ਬੜੇ ਪਿਆਰ ਔਰ ਸਤਿਕਾਰ ਨਾਲ ਲੰਗਰ ਛਕਣਾ ਸੋ ਕਿਰਪਾ ਕਰਕੇ ਜੀ ਇੰਨੀ ਕੁ ਬੇਨਤੀ ਪ੍ਰਮਾਨ ਕਰਨਾ ਕਿ ਮੈਟ ਨਾ ਖਰਾਬ ਹੋਣ ਕਿਉਂਕਿ ਲੰਗਰ ਛਕਾਉਣ ਵਾਲੇ ਮੈਟ ਨਹੀਂ ਸੀਗੇ ਇਸ ਲਈ ਬੜਾ ਧਿਆਨ ਰੱਖਣਾ ਕਿ ਮੈਟ ਨਾ ਖਰਾਬ ਹੋਣ ਧੰਨਵਾਦ ਜੀ ਬੰਦ ਕਰ
ਬੈਠਾ ਇੱਥੇ ਰਾਤ ਨਹੀਂ ਹੋਣੀ ਆ।